ਸੋ ਆਪਾਂ ਮੁੜ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਬੀਜੇਪੀ ਸਰਕਾਰ 2019 ਦੇ ਵਿੱਚ ਕਿਸ ਤਰੀਕੇ ਦਾ ਏਜੰਡਾ ਉਹਨਾਂ ਰੱਖਿਆ ਹੋਇਆ। ਵਿਰੋਧੀ ਧਿਰ ਜਿਹੜੇ ਨੇ ਕਾਂਗਰਸ ਉਹ ਕਹਿ ਰਹੇ ਨੇ ਕਿ ਸਾਡਾ ਪ੍ਰਧਾਨ ਮੰਤਰੀ ਜਿਹੜਾ ਉਹ ਰਾਹੁਲ ਗਾਂਧੀ ਹੋਏਗਾ, ਔਰ ਮੈਂ ਡਿਬੇਟ ਨੂੰ ਰਾਹੁਲ ਗਾਂਧੀ ਦੀ ਤਰਫ ਨਹੀਂ ਮੋੜਨਾ ਚਾਹੁੰਦਾ, ਲੇਕਿਨ ਮੈਂ ਡਿਬੇਟ ਨੂੰ ਅੱਜ ਦੇ ਮੁੱਦੇ ਤੋਂ ਇਸ ਤਰਫ ਮੋੜਨਾ ਚਾਹੁੰਦਾ ਕਿ ਜਿਹੜੇ ਵਾਅਦਿਆਂ ਦੀ ਤੁਸੀਂ ਗੱਲ ਕੀਤੀ ਸੀਗੀ ਮੈਨੂਫੈਸਟੋ ਦੇ ਵਿੱਚ, ਉਹ ਵਾਅਦੇ ਜਿਹੜੇ ਨੇ ਉਹ ਤੁਸੀਂ ਸਾਹਮਣੇ ਕਿਉਂ ਨਹੀਂ ਲੈ ਕੇ ਆ ਰਹੇ? ਕਿਉਂ ਤੁਸੀਂ ਮੀਡੀਆ ਨੂੰ ਵੀ ਮਜਬੂਰ ਕਰਦੇ ਹੋ ਕਿ ਤੁਹਾਡੀ ਜਿਹੜੇ ਡਿਬੇਟਸ ਨੇ ਉਹ ਹਿੰਦੂ ਮੁਸਲਮਾਨ ਦੇ ਉੱਤੇ ਹੋਣ? ਕਿਉਂ ਅੱਜ ਨਹੀਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਬੱਚਿਆਂ ਦੇ ਵਿੱਚ ਤੁਸੀਂ ਇਹ ਹੌਸਲਾ ਦਿੱਤਾ ਸੀਗਾ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ, 1 ਕਰੋੜ ਨੌਕਰੀ ਦੇਵਾਂਗੇ, ਅੱਜ ਉਹ ਨੌਕਰੀਆਂ ਕਿੱਥੇ ਨੇ? ਕਿਉਂ ਬੱਚੇ ਬਾਹਰ ਭੱਜ ਰਹੇ ਨੇ ਨੌਕਰੀਆਂ ਦੇ ਲਈ? ਕਿਉਂ ਉਹ ਮੁਲਕ ਦੇ ਵਿੱਚ ਨਹੀਂ ਰਹਿ ਰਹੇ? ਕਿਉਂ ਉਹ ਪੜ੍ਹਨ ਦੇ ਲਈ ਵੀ ਬਾਹਰ ਭੱਜ ਰਹੇ ਨੇ? ਕਿਉਂ ਤੁਹਾਡੇ ਮੁਲਕ ਦੇ ਵਿੱਚ ਨਹੀਂ ਰਹਿ ਰਹੇ? ਆਖਿਰਕਾਰ ਇਹ ਕਿਹੜੀ ਕਿਹੜੇ ਜਿਹੜੇ ਲੋਕ ਨੇ ਔਰ ਕਿਹੜੇ ਕਿਹੜੇ ਸਿਆਸਤਦਾਨ ਨੇ ਜਿਨ੍ਹਾਂ ਨੇ ਇਹ ਵਾਅਦੇ ਤਾਂ ਕੀਤੇ ਸੀਗੇ ਬਟ ਦੇ ਆਰ ਨੋਟ ਡੂਇੰਗ ਇਟ? ਗਰਾਊਂਡ ਲੈਵਲ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਸਿੱਖ ਮਿਨੋਰਿਟੀਜ਼ ਹੋਣ ਚਾਹੇ ਹੋਰ ਜਿਹੜੀਆਂ ਘੱਟ ਗਿਣਤੀਆਂ ਹੋਣ, ਉਹ ਕੌਨਫੀਡੈਂਸ ਲੈਵਲ ਜਿਹੜੀ ਹੈ ਇਸ ਮੁਲਕ ਦੇ ਵਿੱਚ ਨਹੀਂ ਮਹਿਸੂਸ ਕਰ ਪਾ ਰਹੀਆਂ ਹਨ। ਅਤੇ ਇਹ ਆਖਿਰਕਾਰ ਕੀ ਕਾਰਨ ਰਹੇ ਨੇ ਜਿਸ ਕਰਕੇ ਹੁਣ ਲੋਕ ਮਜਬੂਰ ਹੋ ਰਹੇ ਨੇ ਬਾਹਰ ਜਾਣ ਨੂੰ, ਵਿਦੇਸ਼ਾਂ ਦੇ ਵਿੱਚ ਜਾ ਕੇ ਵਸਣ ਨੂੰ? ਕੰਮ ਕਾਜ ਜਿਹੜੇ ਨੇ ਉਹ ਪਹਿਲਾਂ ਨਾਲੋਂ ਬਹੁਤ ਸਲੋਅ ਹੋ ਚੁੱਕੇ ਨੇ, ਇਹ ਮੀਡੀਆ ਰਿਪੋਰਟਸ ਦੱਸਦੀਆਂ ਹਨ। ਇਹ ਵੀ ਦੱਸਿਆ ਜਾਂਦਾ ਕਿ ਜੋ ਪ੍ਰੋਪਰਟੀ ਦੇ ਰੇਟ ਉਸ ਟਾਈਮ ਭਾਰਤ ਦੇ ਵਿੱਚ ਹੁੰਦੇ ਸਨ, ਤੁਸੀਂ ਕਈ ਪ੍ਰੋਪਰਟੀ ਖਰੀਦੀਆਂ ਹੋਣੀਆਂ, ਅੱਜ ਤੁਹਾਨੂੰ ਹੀ ਪਤਾ ਹੋਣਾ ਕਿ ਮੈਂ ਤੁਸੀਂ 2 ਰੁਪਏ ਦੀ ਖਰੀਦੀ ਸੀਗੀ, ਅੱਜ ਪ੍ਰੋਪਰਟੀ ਦਾ ਰੇਟ 1 ਰੁਪਿਆ ਹੋਇਆ ਪਿਆ ਜਾਂ ਫਿਰ 4 ਰੁਪਏ ਹੋਇਆ। ਅਗਰ 4 ਰੁਪਏ ਹੋ ਗਿਆ ਤਾਂ ਮੈਨੂੰ ਜ਼ਰੂਰ ਫੋਨ ਕਰਿਓ ਔਰ ਮੈਨੂੰ ਦੱਸਿਓ ਕਿ ਮੈਂ ਪ੍ਰੋਪਰਟੀ ਖਰੀਦੀ ਸੀ ਤਾਂ ਰੇਟ ਉਹਦਾ ਵਧਿਆ ਅਤੇ ਇੰਡੀਆ ਦੇ ਵਿੱਚ ਹਾਲਾਤ ਠੀਕ ਨੇ। ਜੇ ਕੁਝ ਇਵੇਂ ਹੋਰ ਹੋਇਆ ਹੋਇਆ ਤਾਂ ਉਹ ਵੀ ਮੈਨੂੰ ਜ਼ਰੂਰ ਦੱਸਿਓ। ਆਈ ਵੁੱਡ ਲਾਈਕ ਟੂ ਲਿਸਨ ਯੋਰ ਫੀਡਬੈਕਸ ਐਂਡ ਯੋਰ ਕਮੈਂਟਸ ਔਨ ਦਿਸ। ਅਤੇ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਅਸੀਂ ਕਾਲ ਲੈ ਲਈਏ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਉਹ ਕੀ ਸਾਨੂੰ ਦੱਸਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਜੀ ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਬਾਕੀ ਤੁਸੀਂ ਠੀਕ ਹੀ ਕਿਹਾ ਹੈਗਾ ਕਿ ਜਿਹੜਾ ਮੇਰੇ ਖਿਆਲ ਵਰਲਡ ਰਿਕਾਰਡ ਹੋਣਾ ਇਸ ਦਾ ਨਾ, ਬਾਹਰ ਘੁੰਮਣ ਫਿਰਨ ਦਾ ਜੀ, ਔਰ ਪਬਲਿਕ ਦਾ ਪੈਸਾ ਵੇਸਟ ਕਰਨ ਦਾ ਜੀ। ਤੇ ਬਾਕੀ ਇਹਦਾ ਜਿਹੜੀ ਚੀਜ਼ ਹੈ ਨਾ, ਇਹਦੇ ਕਰੈਕਟਰ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਡਿਸਕ੍ਰਿਮੀਨੇਸ਼ਨ ਇਹਦੇ ਵਿੱਚ ਭਰੀ ਹੋਈ ਆ ਜੀ। ਇਹ ਆਪ ਜਿਹੜਾ ਨਾ ਸੈਰਾਂ ਕਰਦਾ ਫਿਰਦਾ, ਕੰਨਾਂ ਦੇ ਵਿੱਚ ਰੂਹ ਪਾਇਆ ਆ, ਜਿਹੜੀ ਇਹਦੇ ਸਬੋਰਡੀਨੇਟ ਹੈਗੇ ਨਾ ਜੀ, ਉਹ ਗੌਰਮੈਂਟ ਚਲਾ ਰਹੇ ਆ ਜੀ, ਔਰ ਉਹਦੀ ਰੀਜ਼ਨ ਇਹ ਹੈਗੀ ਆ ਕਿ ਹੀ ਡਸਨਟ ਕੇਅਰ ਕਿ ਅਸੀਂ ਕੁਛ ਕਰਦੇ ਹਾਂ ਨਹੀਂ ਕਰਦੇ ਜੀ। ਉਹਨਾਂ ਨੂੰ ਪੱਕਾ ਪਤਾ ਹੈਗਾ ਵੀ ਅਸੀਂ ਉਹਨਾਂ ਨੂੰ ਪਾਵਰ 'ਚ ਆ ਜਾਣਾ। ਬਿਲਕੁਲ ਜੀ, 85% ਜਿਹੜੇ ਆ ਲੋਕ ਹਿੰਦੂ ਹੈਗੇ ਆ ਇੰਡੀਆ ਦੇ ਵਿੱਚ ਜੀ ਜੀ ਜੀ। ਔਰ ਇੱਥੇ ਸਾਨੂੰ ਮਿਸਾਲ ਦਿੰਦਾ ਕਿ ਇੱਕ ਇੱਥੇ ਦਾ ਇਹਨਾਂ ਦਾ ਪੱਤਰਕਾਰ ਹੈਗਾ ਆਪਣੇ ਉਮੇਸ਼ ਕੁਮਾਵਤ ਜੀ, ਉਹ ਸਾਰੇ ਇੰਡੀਆ ਦੇ ਵਿੱਚ ਲਾ ਰਿਹਾ ਚੱਕਰ, ਉਹ ਲੋਕਾਂ ਦੀ ਓਪੀਨੀਅਨ ਲੈਂਦਾ ਹੈਗਾ। ਲੋਕ ਜਿਹੜੇ ਆ ਉਹ ਉਸ ਤੋਂ ਇਸ ਇਹਦੇ ਜਿਹੜਾ ਜੋ ਕੁਛ ਇਹਦਾ ਪ੍ਰੋਗਰਾਮ ਸੀਗਾ ਉਹ ਤੋਂ ਕੁਛ ਖੁਸ਼ ਹੈਗੇ ਆ, ਕੁਛ ਨਹੀਂ ਵੀ ਜੀ, ਪਰ ਬੀਇੰਗ ਅਲਾਇੰਸ ਟੂ ਹਿੰਦੂ ਜੀ ਇਜ਼ਮ ਜੀ, ਉਹ ਸਟਿਲ ਦੇ ਸੇ ਯੂ ਵਿਲ ਗਿਵ ਚਾਂਸ ਟੂ ਹਿਮ ਟੂ ਕਮ ਇਨ ਟੂ ਪਾਵਰ ਅਗੇਨ ਜੀ। ਸੋ ਇਟਸ ਸੋ ਮੁਸ਼ਕਿਲ ਦੇ ਵਿੱਚ ਹੈ ਕਿ ਹੀ ਇਜ਼ ਨਾਟ ਸਿੰਸੀਅਰ ਟੂ ਅਦਰ ਪੀਪਲ ਆਫ ਦੀ ਆਫ ਇੰਡੀਆ ਜੀ, ਮਗਰ ਉਸ ਨੂੰ ਇਸ ਨੂੰ ਉਤਾਰਨਾ ਜਿਹੜਾ ਨਾ ਉਹ ਬੜਾ ਮੁਸ਼ਕਿਲ ਆ ਜੀ। ਮਿਸਾਲ ਜਿਹੜੇ ਸਪੀਚਾਂ ਦਿੰਦਾ ਹੈਗਾ ਸਿਰਫ ਕਲੈਕਟਿੰਗ ਲੋਕਾਂ ਤੋਂ ਤਾੜੀਆਂ ਮਜਵਾ ਕੇ ਖੁਸ਼ ਹੁੰਦਾ ਹੈਗਾ, ਕਿਉਂਕਿ ਸਪੀਚ ਦੇ ਵਿੱਚ ਕੋਈ ਪ੍ਰੋਗਰਾਮ ਜਿੱਦਾਂ ਤੁਸੀਂ ਵੀ ਦੱਸਿਆ ਕਿ ਪ੍ਰੋਗਰਾਮ ਦਾ ਕੀ ਸਾਡੇ ਮਸਲੇ ਆ ਉਹਨਾਂ ਨੂੰ ਹੱਲ ਕਰੀਏ, ਉਸਦੀ ਬਜਾਏ ਦੂਸਰੀਆਂ ਪਾਰਟੀਆਂ ਨੂੰ ਕ੍ਰਿਟੀਸਿਜ਼ਮ ਕਰਕੇ ਇਹ ਖੁਸ਼ ਹੁੰਦਾ ਹੈਗਾ ਜੀ 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 ਜੀ। ਮਤਲਬ ਉਹ ਹੀ ਹੈ ਨਾ ਕਿ ਜਿਹੜੀ ਡਿਬੇਟ ਹੋਣੀ ਚਾਹੀਦੀ ਹੈ ਜਿਸ ਮੁੱਦੇ ਦੇ ਉੱਤੇ ਜੋ ਮੈਨੀਫੈਸਟੋ ਦੇ ਵਿੱਚ ਤੁਸੀਂ ਲਿਖਿਆ ਹੋਇਆ, ਉਹ ਡਿਬੇਟ ਨਹੀਂ ਹੋ ਰਹੀ ਹੋ, ਤੁਸੀਂ ਡਿਬੇਟ ਨੂੰ ਕਿਸੇ ਹੋਰ ਪਾਸੇ ਮੋੜ ਰਹੇ ਹੋ। ਅੱਜ ਤੁਸੀਂ ਦਿਖਾ ਦਿੰਦੇ ਹੋ ਕਿ ਬਈ ਕਸ਼ਮੀਰ ਦੇ ਵਿੱਚ ਹੋ ਗਿਆ, ਠੀਕ ਹੈ ਕਸ਼ਮੀਰ ਦਾ ਮਸਲਾ ਤੁਹਾਡਾ ਨਹੀਂ ਕਿ ਪਿਛਲੇ ਕਈ ਸਰਕਾਰਾਂ ਤੋਂ ਚੱਲਦਾ ਹੋਇਆ ਆ ਰਿਹਾ, ਤੁਸੀਂ ਉਸ ਬਾਰੇ ਵੀ ਪਬਲਿਕ ਦੇ ਵਿੱਚ ਆ ਕੇ ਗੱਲ ਰੱਖੋ ਆਪਣੀ, ਜੇਕਰ ਤੁਸੀਂ ਕੁਝ ਵਾਕਈ ਸੋਚ ਰਹੇ ਹੋਗੇ, ਜੇਕਰ ਤੁਸੀਂ ਵਾਕਈ ਵਚਨਬੰਧ ਹੈਗੇ ਹੋ ਕਿਸੇ ਹੋਰ ਗੱਲਾਂ ਨੂੰ ਲੈ ਕੇ। ਜਿਵੇਂ ਹੁਣ ਮੈਂ ਇਨਫਰਾਸਟ੍ਰਕਚਰ ਦੀ ਗੱਲ ਕਰਾਂ, ਮੈਂ ਗੱਲ ਕਰਾਂ ਬਈ ਸਬਕਾ ਸਾਥ ਸਬਕਾ ਵਿਕਾਸ, ਵਿਕਾਸ ਦੀ ਗੱਲ ਕਰੋ ਨਾ ਆ ਕੇ ਤੁਸੀਂ ਟੀਵੀ ਡਿਬੇਟਾਂ ਦੇ ਉੱਤੇ, ਉਹ ਕਿੱਥੇ ਨਹੀਂ ਹੈ? ਮੈਨੂੰ ਲੱਗਦਾ ਕਿਤੇ ਨਾ ਕਿਤੇ ਭਾਰਤੀ ਮੀਡੀਆ ਵੀ ਜ਼ਿੰਮੇਵਾਰ ਹੈਗੀ ਹੈ ਜਿਹੜੀਆਂ ਇਹਨਾਂ ਗੱਲਾਂ ਨੂੰ ਸਾਹਮਣੇ ਨਹੀਂ ਲੈ ਕੇ ਆ ਰਹੀਆਂ। ਬਿਲਕੁਲ ਹੈ ਨਾ, ਪਰ ਭਾਰਤੀ ਮੀਡੀਆ ਚੀਜ਼ ਇਹ ਨਾ ਤੁਹਾਨੂੰ ਮੈਂ ਦੱਸਿਆ ਜੀ ਕਿ ਜਿਹੜੇ 85% ਬਲਾਈਂਡਲੀ ਉਹ ਇਹਦੇ ਮਗਰ ਆ ਜੀ, ਦੈਟਸ ਇਹ ਸਾਡੀ ਬਦਕਿਸਮਤੀ ਆ ਕਿ ਜਿਹੜੇ ਅਸੀਂ
47 ਦੇ ਵਿੱਚ ਸਪੈਸ਼ਲੀ ਪੰਜਾਬੀ ਤੇ ਸਿੱਖਾਂ ਨੇ ਰੋਂਗ ਡਿਸੀਜਨ ਲਿਆ ਸੀਗਾ ਜੀ, ਜਿਹੜੇ ਵੀ ਡਿਡ ਨਾਟ ਐਟ ਦੈਟ ਟਾਈਮ ਪੁੱਟ ਆਵਰ ਡਿਮਾਂਡ। ਕਰੈਕਟ 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 ਜੀ। ਜਸਪਾਲ ਜੀ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਮੈਂ ਚਾਹਨਾ ਕਿ ਕਾਲ ਸੈਲੀ ਔਰ ਉਹਨਾਂ ਦੇ ਵੀ ਵਿਚਾਰ ਜਾਣ ਲਈਏ। ਥੈਂਕ ਯੂ ਵੈਰੀ ਮਚ ਜਸਪਾਲ ਜੀ ਸਾਨੂੰ ਕਾਲ ਕਰਨ ਦੇ ਲਈ। ਥੈਂਕ ਯੂ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਕੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਟੀਵੀ ਦੀ ਵੋਲਿਊਮ ਨੂੰ ਤੁਸੀਂ ਘੱਟ ਕਰ ਲਓ, ਫਿਰ ਆਈ ਵੁੱਡ ਲਾਈਕ ਟੂ ਨੋ ਯੋਰ ਕਮੈਂਟਸ। ਜੀ ਜੀ ਜੀ, ਹੁਣ ਦੱਸੋ ਕੀ ਕਹਿਣਾ ਚਾਹੋਗੇ? ਮੋਦੀ ਨੇ ਅੰਬਾਨੀ ਨੂੰ ਏਸ਼ੀਆ ਦਾ ਸਾਰਾ ਨਾ ਅਮੀਰ ਆਦਮੀ ਬਣਾਤਾ। ਅੱਛਾ, ਦੋ ਮੋਦੀ ਪਕੌੜੇ ਇੱਥੇ ਬੈਠੇ ਆ। ਮਾਲਿਆ ਇੱਥੇ ਬੈਠੇ। ਬਿਲਕੁਲ ਬਿਲਕੁਲ, ਮਾਲਿਆ ਹੁਣ ਕੁਛ ਕਰ ਰਿਹਾ ਯੂਕੇ ਲਈ ਕਿ ਨਹੀਂ ਕਰ ਰਿਹਾ? 86,000 ਕਰੋੜ ਦੀਆਂ 2 ਮਾਈਨਾਂ ਵੇਚ ਦਿੱਤੀਆਂ। ਅੱਛਾ, ਹੋਰ ਕੀ ਕਰੇ ਮੋਦੀ ਹੁਣ? ਇੰਨਾ ਕੁਛ ਤਾਂ ਕਰ ਦਿੱਤਾ। ਜੀ 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 ਜੀ। ਬਾਕੀ ਹਿੰਦੂਵਾਦ ਜਿਹੜਾ ਕਹਿੰਦਾ ਨਾ, ਹਿੰਦੂਵਾਦ ਕੋਈ ਇਕੱਠਾ ਨੀ ਹੈਗਾ ਉੱਥੇ ਜੀ। ਇਹ ਕਦੇ ਨੀ ਬਣਨਾ ਹੈਗਾ, ਇਹ ਏਦਾਂ ਰਹਿਣਾ ਜਿੱਦਾਂ ਹੈਗਾ। ਇਹ ਏਦਾਂ ਹੀ ਚੋਰ ਆਉਣੇ ਆ, ਏਦਾਂ ਹੀ ਕੰਟਰੀ ਚੱਲਣੀ ਆ, ਸਾਰੇ ਏਦਾਂ ਹੀ ਆ, ਰਲ ਮਿਲ ਕੇ ਚੱਲਣੀ ਇਹ। ਕੀ ਲੱਗਦਾ ਤੁਹਾਨੂੰ 2019 ਦੇ ਵਿੱਚ ਕਿਸ ਤਰੀਕੇ ਕਿਸ ਪਾਸੇ ਦੇਖ ਰਹੇ ਹੋ ਤੁਸੀਂ ਇੰਡੀਆ ਨੂੰ? ਜਿਹੜੇ ਸਿਵਲ ਹਸਪਤਾਲ ਆ ਇਹ ਬੰਦ ਹੋ ਜਾਣਗੇ, ਪ੍ਰਾਈਵੇਟ ਹੋ ਜਾਣਗੇ ਸਾਰੇ। ਜੀ 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 ਜੀ, ਇਹਨਾਂ ਹੋਊਗਾ, ਹੋਰ ਨੀ ਕੁਛ ਹੁੰਦਾ। ਹੁਣ ਦਵਾਈਆਂ ਤਾਂ ਹੁਣ ਉੱਥੇ ਹੈ ਨੀ ਗੀਆਂ। ਹਾਂ, ਡੈਡ ਬੋਡੀ ਉਦੋਂ ਦਿੰਦੇ ਜਦੋਂ ਬਿੱਲ ਕਲੀਅਰ ਕਰਦੇ ਉਹਨਾਂ ਦਾ, ਫੇਰ ਦਿੰਦੇ ਆ, ਨਹੀਂ ਤਾਂ ਨਹੀਂ ਦਿੰਦੇ ਉਹ। ਚਲੋ ਆਪਾਂ ਇਸ ਬਾਰੇ ਹੀ ਗੱਲ ਨਾ ਕਰੀਏ, ਆਪਾਂ ਗੱਲ ਕਰੀਏ ਕਿ ਹੁਣ ਕੀ ਲੱਗਦਾ ਕਿ ਸਾਨੂੰ ਆਪਾਂ ਕਨਕਲੂਜਨ ਵੀ ਆਪਾਂ ਵੀ ਕੱਢੀਏ ਕਿ ਹਾਂ, ਕਿਉਂਕਿ ਜੇਕਰ ਅਸੀਂ ਬਿਲਕੁਲ ਸੋਚਦੇ ਹਾਂ ਉਸ ਬਾਰੇ ਤਾਂ ਸਾਨੂੰ ਕਨਕਲੂਜਨ ਵੀ ਕੱਢਣਾ ਚਾਹੀਦਾ। ਤੁਹਾਨੂੰ ਕਿਵੇਂ ਲੱਗਦਾ ਕਿ ਕਿਸ ਤਰੀਕੇ ਨਾਲ ਹੋ ਸਕਦਾ? 4-5 ਹਜ਼ਾਰ ਪਾਉਂਡ ਲਾ ਕੇ ਜਾਂਦਾ ਉੱਥੇ ਲਾਉਂਦਾ, 4-5 ਹਜ਼ਾਰ 4 ਵੀਕਾਂ ਦੇ ਵਿੱਚ। ਜੀ, ਉਹ ਪੈਸੇ ਕਿੱਥੇ ਜਾਂਦੇ ਆ ਜੀ? ਉਹ ਢਾਬਿਆਂ ਦੇ ਖਰਚਦਾ, ਹੋਟਲਾਂ ਦੇ ਵਿੱਚ ਰੋਟੀ ਖਾਂਦਾ, ਉਹ ਪੈਸੇ ਕਿੱਥੇ ਜਾਂਦੇ ਆ? ਜੀ 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 ਜੀ, ਬਿਲਕੁਲ ਬਿਲਕੁਲ ਜੀ, ਇਹ ਗੱਲ ਮੁਨਾਸਿਬ ਹੈਗੀ ਹੈ ਕਿ ਕਈ ਸਾਰੇ ਜਿਹੜੇ ਉੱਥੇ ਐਂਟਰਪ੍ਰੀਨਿਓਰ ਸੀਗੇ, ਚਾਹੇ ਉਹ ਵਿਜੇ ਮਾਲਿਆ ਹੋਵੇ, ਚਾਹੇ ਉਹ ਅਦਾਨੀ ਹੋਵੇ, ਜਿਹੜੇ ਤਾਂ ਹੁਣ ਖੈਰ ਦੇਸ਼ ਦੇ ਵਿੱਚ ਨਹੀਂ ਹੈਗੇ, ਅਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਵੀ ਹਜੇ ਤੱਕ ਕੋਈ ਉਹਨਾਂ ਨੇ ਤਿਆਰੀ ਨਹੀਂ ਕੀਤੀ, ਔਰ ਬੜੇ ਆਰਾਮ ਨਾਲ ਤੁਹਾਡੇ ਸ਼ਹਿਰ ਦੇ ਵਿੱਚ ਉਹ ਮੌਜਾ ਲੈ ਰਹੇ ਨੇ, ਔਰ ਖੁੱਲ੍ਹੀ ਹਵਾ ਦੇ ਵਿੱਚ ਆਬੋ ਹਵਾ ਦੇ ਵਿੱਚ ਘੁੰਮ ਰਹੇ ਨੇ। ਜੀ 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 ਜੀ, ਠੀਕ ਹੈ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਸੈਟ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਹਰਦੀਪ ਸਿੰਘ ਬੋਲ ਰਿਹਾ ਕਰੋਲੀ ਤੋਂ। ਜੀ, ਕੀ ਕਹਿਣਾ ਚਾਹੋਗੇ? ਭਾਜੀ ਮੈਂ 2 ਗੱਲਾਂ ਕਹਿਣੀਆਂ ਚਾਹੁੰਦਾ। ਇੱਕ ਗੱਲ ਤਾਂ ਇਹ ਹੈ ਕਿ ਜਿੱਦਾਂ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਸੀ ਕਿ ਪਾੜੋ ਤੇ ਰਾਜ ਕਰੋ। ਜੀ 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 ਜੀ, ਸਾਡੀ ਜਿਹੜੀ ਪੋਲੀਟੀਕਲ ਪਾਰਟੀਜ਼ ਆ ਇਹਨਾਂ ਨੂੰ ਹੁਣ ਉਸ ਗੱਲ ਦੀ ਸਮਝ ਲੱਗ ਗਈ ਆ। 200 ਸਾਲ ਰਾਜ ਕੀਤਾ ਸੀਗਾ, ਲੇਕਿਨ ਹੁਣ ਸਾਨੂੰ ਕੀ ਲੱਗਦਾ ਕਿ ਕਿੰਨੇ ਸਾਲ ਰਾਜ ਕਰਨਗੇ? ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹਨਾਂ ਤੋਂ ਪਿੱਛੇ ਰਹੇ ਆ। ਜੀ ਜੀ ਜੀ, ਇਸ ਕਰਕੇ ਅਸੀਂ ਸਾਡੀ ਸੋਚ ਵੀ ਥੋੜੀ ਜਿਹੀ ਇਹਨਾਂ ਤੋਂ ਪਿੱਛੇ ਹੀ ਆ। ਜੀ ਜੀ, ਇਹਨਾਂ ਨੇ ਜਿਹੜੀ ਅੰਗਰੇਜ਼ਾਂ ਨੇ ਸਾਡੇ ਤੇ ਜਿਹੜੀ ਗੱਲ ਅੱਜ ਤੋਂ 200 ਸਾਲ ਪਹਿਲਾਂ ਵਰਤੀ ਸੀ, ਸਾਡੇ ਲੀਡਰਸ ਨੂੰ ਅੱਜ ਸਮਝ ਲੱਗੀ ਆ, ਉਹਨਾਂ ਨੇ ਅੱਜ ਵਰਤ ਲਈ ਆ। ਜਿਹੜਾ ਜਿਨ੍ਹਾਂ ਗੋਰਿਆਂ ਨੇ 200 ਸਾਲ ਭਾਰਤ ਦੇ ਵਿੱਚ ਰਾਜ ਕੀਤਾ, ਅੱਜ ਉਸੇ ਧਰਤੀ ਦੇ ਵਿੱਚ ਰਹਿੰਦੇ ਸੀਗੇ, ਔਰ ਮੈਂ ਖਾਸ ਤੌਰ 'ਤੇ ਮਾਣ ਮਹਿਸੂਸ ਕਰਦਾ ਉਹਨਾਂ ਪੰਜਾਬੀਆਂ ਨੇ ਜੋ ਕਿ ਅੱਜ ਇਸ ਬਰਤਾਨੀਆ ਸਰਕਾਰ ਹੋਰ ਯਾਨੀ ਕਿ UK ਦੇ ਵਿੱਚ ਰਹਿ ਕੇ ਅੱਜ ਤੁਸੀਂ ਆਪਣਾ ਮਾਣ ਵਧਾ ਰਹੇ ਹੋ, ਔਰ ਉਹਨਾਂ ਦੀ ਇਕੋਨਮੀ ਦੇ ਵਿੱਚ ਵੀ ਤੁਸੀਂ ਅਹਿਮ ਭੂਮਿਕਾ ਨਿਭਾ ਰਹੇ ਹੋ, ਤਾਂ ਕਿਤੇ ਨਾ ਕਿਤੇ ਇਹ ਤਾਂ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ 200 ਸਾਲ ਰਾਜ ਕੀਤਾ ਸੀਗਾ, ਅੱਜ ਤੁਸੀਂ ਉਹਨਾਂ ਦੇ ਦੇਸ਼ ਦੇ ਵਿੱਚ ਰਹਿ ਕੇ ਪ੍ਰੋਗਰੈਸ ਵੀ ਕਰ ਰਹੇ ਹੋ ਆਪਣੇ ਆਪ ਨੂੰ, ਔਰ ਅਹਿਮ ਭੂਮਿਕਾ ਵੀ ਨਿਭਾ ਰਹੇ ਹੋ, ਔਰ ਕਿਤੇ ਨਾ ਕਿਤੇ ਅੱਜ ਵੱਡੇ ਵੱਡੇ ਅਹੁਦਿਆਂ 'ਤੇ ਵੀ ਪਹੁੰਚੇ ਹੋ। ਇਹ ਬਾਜੀ ਇਹਨਾਂ ਦੀ ਮੈਂ ਇਸ ਗੱਲ ਤੋਂ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਦੇਖੋ ਅਸੀਂ ਇਹਨਾਂ ਨੂੰ
ਬਹੁਤ ਔਖੇ ਹੋ ਕੇ ਕੱਢਿਆ ਆ, ਇਹਨਾਂ ਦੇ ਨਾਲ ਅਸੀਂ ਫਾਈਟ ਕਰਕੇ ਕੱਢਿਆ ਜੀ ਆਪਣੇ ਮੁਲਕ ਦੇ ਵਿੱਚ, ਇਹਨੇ ਫੇਰ ਵੀ ਸਾਨੂੰ ਇੱਥੇ ਆਉਣ ਦੀ ਇਜਾਜ਼ਤ ਦੇ ਦਿੱਤੀ ਆ। ਨਹੀਂ ਤਾਂ ਇਹ ਕਹਿ ਸਕਦੀ ਸੀ ਗਵਰਨਮੈਂਟ ਕਿ ਭਾਈ ਤੁਸੀਂ ਤਾਂ ਸਾਨੂੰ ਕੱਢਿਆ ਸੀ, ਕਿਉਂ ਤੁਹਾਨੂੰ ਇੱਥੇ ਬਣ ਦਈਏ। ਜੀ 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 ਬਈ, ਉਹਨਾਂ ਨੂੰ ਆਪਣੀ ਆਈ ਥਿੰਕ ਦਿਸ ਇਜ਼ ਅ ਇੰਟੈਲੀਜੈਂਟ ਡਿਸੀਜਨ ਨੋ, ਕਿ ਉਹਨਾਂ ਨੇ ਆਪਣਾ ਇਕਨੋਮੀ ਨੂੰ ਕਰਨਾ ਸੀਗਾ, ਉਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਇੰਡੀਆ ਦੇ ਵਿੱਚ ਪੰਜਾਬੀ ਭਾਈਚਾਰਾ ਔਰ ਜਿਹੜੇ ਪੰਜਾਬੀ ਨੇ ਉਹ ਵਾਕਈ ਹਾਰਡ ਵਰਕਿੰਗ ਨੇ, ਔਰ ਇਕਨੋਮੀ ਨੂੰ ਬੂਸਟ ਕਰਨ ਦੇ ਲਈ, ਇਕਨੋਮੀ ਨੂੰ ਅੱਗੇ ਵਧਾਉਣ ਦੇ ਲਈ ਉਹ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਇੰਟੈਲੀਜੈਂਸ, ਉਹਨਾਂ ਨੇ ਆਪਣੀ ਇੰਟੈਲੀਜੈਂਸ ਦੇ ਤਰੀਕੇ ਤੁਹਾਨੂੰ ਲੋਕਾਂ ਨੂੰ ਬੁਲਾਇਆ, ਤੁਸੀਂ ਇੱਥੇ ਕੰਮ ਕੀਤਾ, ਔਰ ਉਹਨਾਂ ਨੇ ਆਪਣੀ ਇਕਨੋਮੀ ਨੂੰ ਸਟਰੋਂਗ ਕੀਤਾ। ਮੈਨੂੰ ਲੱਗਦਾ ਕਿ ਜੇਕਰ ਇਹ ਭਾਰਤ ਦੇ ਸਿਆਸਤਦਾਨਾਂ ਦੇ ਵਿੱਚ ਇੰਟੈਲੀਜੈਂਸੀ ਹੁੰਦੀ ਨਾ, ਅੱਜ ਮਜਬੂਰ ਨਾ ਹੁੰਦੇ ਤੁਸੀਂ ਅਤੇ ਮੈਨੂੰ ਬਾਹਰ ਆਉਣ ਦੇ ਲਈ, ਅੱਜ ਅਸੀਂ ਬਾਹਰ ਨਾ ਆਉਂਦੇ। ਭਾਜੀ ਭਾਜੀ ਚਲੋ ਬਿਲਕੁਲ ਤੁਹਾਡੀ ਗੱਲ ਸਹੀ ਆ, ਹੁਣ ਪ੍ਰੋਬਲਮ ਇੱਥੇ ਆਈ ਆ ਕਿ ਇਹਨਾਂ ਨੇ ਜਿਹੜੀ ਉਹਨਾਂ ਦੀ ਬੁਰੀ ਗੱਲ ਸੀ ਉਹਨੂੰ ਫੋਲੋ ਕੀਤਾ। ਇਹ ਸਾਡੀ ਕੰਟਰੀਜ਼ ਦੇ ਲੋਕਾਂ ਦੀ ਬਹੁਤ ਸਾਡੀ ਆਮ ਜੀ ਇਹ ਕਾਮਨ ਪ੍ਰੋਬਲਮ ਆ, ਅਸੀਂ ਮਾੜੀ ਚੀਜ਼ ਨੂੰ ਜਲਦੀ ਫੋਲੋ ਕਰਦੇ, ਚੰਗੀ ਨੂੰ ਨਹੀਂ ਕਰਦੇ। ਜੀ 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 ਜੀ, ਇਹ ਹਰ ਇੱਕ ਥਾਂ ਤੇ ਆਮ ਤੌਰ ਤੇ। ਦੂਜੀ ਗੱਲ ਇਹ ਕਿ ਅੱਛੇ ਦਿਨ 4 ਸਾਲਾਂ ਦੇ ਵਿੱਚ ਆਏ ਆ, ਬਟ ਆਏ ਜਿਹੜੇ ਆ ਉਹ ਸਿਰਫ ਬੀਜੇਪੀ ਨੂੰ, ਜਿਹੜੇ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਸੀ ਉਹਨਾਂ ਦੇ, ਦੇਖੋ 21 ਸਟੇਟਾਂ ਦੇ ਵਿੱਚ ਉਹਨਾਂ ਨੇ ਆਪਣੀ ਗਵਰਨਮੈਂਟ ਬਣਾ ਲਈ ਆ। ਇਹ ਉਹਨਾਂ ਨੇ ਸਿਰਫ ਜਿਹੜੀ ਆ ਜਾਤ ਦੇ ਮੁੱਦੇ ਤੇ ਖੇਲ ਕੇ ਬਣਾਈ ਆ, ਹਿੰਦੂ ਮੁਸਲਮਾਨ ਸਿੱਖ ਜੋ ਵੀ ਆ, ਇਹ ਸੋਚ ਰਿਹਾ ਨਾ ਕਿ ਦੇਖੋ ਜੀ ਲਗਭਗ 70% ਦੇ ਹਿੰਦੂ ਹੈਗਾ, ਉਹਨੂੰ ਇਕੱਠਾ ਕਰ ਲਓ, ਬਾਕੀ ਸਾਨੂੰ ਕੋਈ ਨੀ ਚਾਹੀਦਾ। ਬਿਲਕੁਲ ਬਿਲਕੁਲ, ਤੇ ਪਰ ਸਾਨੂੰ ਜਿਹੜੀ ਪ੍ਰੋਬਲਮ ਨੇ ਮਾਰਿਆ ਉਹ ਭਾਜੀ ਸਾਨੂੰ, ਜਿਹੜਾ ਬੰਦਾ ਜ਼ਿਆਦਾ ਭਲਾ ਮਾਨਸ ਹੁੰਦਾ ਉਹ। ਦੇਖੋ 21 ਸਟੇਟਾਂ ਦੇ ਵਿੱਚ ਮੈਂ ਅੱਜ ਤੱਕ ਇੱਕ ਸਵਾਲ ਹੋਰ ਵੀ ਪੁੱਛਦਾ, ਜਿਹੜੇ ਇੱਕ ਵੀ ਮੀਡੀਆ ਹਾਊਸ ਨਹੀਂ ਉਠਾ ਰਹੀ ਹੈ, ਇੱਕ ਵੀ ਵਿਰੋਧੀ ਧਿਰ ਨਹੀਂ ਉਠਾ ਰਿਹਾ, ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ, ਲੇਕਿਨ ਜਸ ਬ੍ਰੋਡਕਾਸਟਿੰਗ ਉਠਾਉਂਦਾ ਰਹੇਗਾ ਔਰ ਸਾਡੀ ਆਵਾਜ਼ ਉੱਠਦੀ ਰਹੇਗੀ। ਤੁਸੀਂ ਸਾਨੂੰ EVM ਬਾਰੇ ਵੀ ਦੱਸੋ ਕਿ EVM ਦਾ ਕੀ ਖੇਲ ਹੈਗਾ, ਤੁਸੀਂ ਬੈਲੈਟ ਵੋਟਿੰਗ ਬਾਰੇ ਤਾਂ ਭਾਜੀ ਮੈਂ ਕੁਛ ਵੀ ਨਹੀਂ ਕਹਿ ਸਕਦਾ। EVM ਤੇ ਕਈ ਵਾਰੀ ਮੇਰੇ ਦਿਲ 'ਚ ਸ਼ੰਕਾ ਉੱਠ ਆਉਂਦੀ ਆ ਕਿ EVM ਗਲਤ ਆ, ਬਟ ਜਿਸ ਵੇਲੇ ਕੋਈ ਦੂਜੀ ਪਾਰਟੀ, ਜਿੱਦਾਂ ਭਗਵੰਤ ਮਾਨ ਜਿੱਤਿਆ ਸੀ EVM ਦੇ ਨਾਲ ਹੀ ਜਿੱਤਿਆ ਸੀ, ਭਗਵੰਤ ਮਾਨ ਪੰਜਾਬ ਦੇ ਵਿੱਚੋਂ 2 ਲੱਖ ਤੋਂ ਵੱਧ ਵੋਟਾਂ ਤੇ ਜਿੱਤਿਆ ਸੀ MP ਦੀ ਇਲੈਕਸ਼ਨ, ਤੇ ਉਹ ਵੀ ਏਡੇ ਵੱਡੇ ਲੀਡਰ ਨੂੰ ਉਹਨੇ ਹਰਾਇਆ ਸੀ। ਜੀ ਜੀ ਜੀ, ਉਹ ਵੀ ਉਸ EVM 'ਚੋਂ ਵੋਟਾਂ ਨਿਕਲੀਆਂ ਸੀ। ਦੇਖੋ 2014 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸਨ ਉਸ ਨੂੰ ਮੈਂ ਅਜੇ ਇੱਕ ਪਾਸੇ ਰੱਖ ਰਿਹਾ, ਉਸ ਤੋਂ ਬਾਅਦ ਜਿਹੜੀਆਂ ਵੱਖ ਵੱਖ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਹਨ ਜਿੱਥੇ BJP ਨੇ ਆਪਣਾ ਪਰਚਮ ਲਹਿਰਾਇਆ, ਮੈਂ ਉੱਥੇ ਗੱਲ ਕਰ ਰਿਹਾ। ਜਦ ਕਿਉਂਕਿ ਦੱਸ ਤੁਸੀਂ ਸਰਕਾਰ ਦੇ ਵਿੱਚ ਆ ਜਾਂਦੇ ਹੋ, ਜਦ ਤੁਸੀਂ ਆਪਣੇ ਤਾਜ ਤੁਹਾਨੂੰ ਮਿਲ ਜਾਂਦਾ, ਉਹ ਕੁਰਸੀ ਤੁਹਾਨੂੰ ਮਿਲ ਜਾਂਦੀ ਹੈ, ਉਸ ਤੋਂ ਬਾਅਦ ਜਿਹੜੇ ਇਲੈਕਸ਼ਨਸ ਹੁੰਦੇ ਨੇ, ਮੈਂ ਉੱਥੇ ਗੱਲ ਕਰ ਰਿਹਾ। ਪਰ ਠੀਕ ਹੈ, ਵੀ ਵਿਲ ਡੂ ਦਿਸ ਡਿਬੇਟ, ਆਪਾਂ ਇਸ ਬਾਰੇ ਵੀ ਵਿਚਾਰ ਜ਼ਰੂਰ ਕਰਾਂਗੇ। ਬਿਲਕੁਲ, ਕਿਉਂਕਿ ਭਾਜੀ ਉਹਦੇ ਬਾਰੇ ਅਸੀਂ ਕੁਛ ਕਹਿ ਨਹੀਂ ਸਕਦੇ, ਸਾਡੇ ਹੱਥ 'ਚ ਕੁਛ ਨਹੀਂ ਗਾ ਉਹਦੇ ਬਾਰੇ ਕਹਿਣ ਦੇ ਲਈ। ਜੀ ਜੀ, ਜਿੱਦਣ ਉਹ ਹਰਿਆਣਾ ਤੋਂ ਚੌਟਾਲਾ ਸਾਹਿਬ ਦੇ ਲੜਕੇ ਦੀ ਫੋਨ ਕਾਲ ਲਈ ਸੀ, ਜਦੋਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਜਿਹੜਾ ਆ ਪਾਕਿਸਤਾਨ ਨੂੰ ਪਾਣੀ ਡਰੇਨ ਕਰਦਾ ਆ ਤੇ ਸਾਨੂੰ ਬਿੱਲ ਪੇ ਕਰਨਾ ਪੈਂਦਾ ਪਾਕਿਸਤਾਨ ਨੂੰ, ਮੈਂ ਉਸ ਦਿਨ ਵੀ ਤੁਹਾਨੂੰ ਪੁੱਛਿਆ ਸੀ ਵੀ ਤੁਸੀਂ ਇਹਨਾਂ ਤੋਂ ਸਬੂਤ ਮੰਗੋ ਕਿ ਤੁਹਾਡੇ ਕੋਲ ਕੋਈ ਪ੍ਰੂਫ ਹੈ। ਮੈਂ ਤੁਹਾਡੀ ਗੱਲ ਨੂੰ ਰੱਖਦੇ ਹੋਏ, ਮੈਂ ਅੱਛਾ ਹੋਇਆ ਤੁਸੀਂ ਮੈਨੂੰ ਕਾਲ ਵੀ ਕੀਤਾ, ਅੱਜ ਮੈਂ ਤੁਹਾਨੂੰ ਦੱਸਣਾ ਵੀ ਸੀਗਾ। ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਜਿਹੜੀ ਕਹੀ ਸੀਗੀ, ਔਰ ਮੈਂ ਉਹਨਾਂ ਤੋਂ ਇਹ ਸਵਾਲ ਪੁੱਛਿਆ ਕਿ ਤੁਸੀਂ ਸਾਨੂੰ ਸਬੂਤ ਦਿਓਗੇ ਕਿਹੜਾ ਪਾਣੀ ਪੰਜਾਬ ਨੇ ਭੇਜਿਆ ਔਰ ਉੱਥੇ ਪੰਜਾਬ ਨੂੰ ਭੇਜਦਾ ਪਾਣੀ, ਅਤੇ ਦਿਸ ਵਾਜ਼ ਅ ਪੋਲੀਟੀਕਲ ਸਟੰਟ ਔਰ ਦਿਸ ਵਾਜ਼ ਅ ਪੋਲੀਟੀਕਲ ਸਟੇਟਮੈਂਟ ਉਹਨਾਂ ਦੀ ਤਰਫੋਂ। ਦੇਖੇ ਇਹ ਤਾਂ ਸਾਨੂੰ ਪਤਾ, ਤਾਂ ਹੀ ਕਰਕੇ ਅਸੀਂ ਤੁਹਾਨੂੰ ਵੀ ਪੁੱਛ ਰਹੇ ਵੀ ਜਦੋਂ ਵੀ ਕੋਈ ਪੋਲੀਟੀਕਲ ਪਾਰਟੀ ਆ ਕੇ ਇੱਥੇ ਆਪਣੀ ਸਟੇਟਮੈਂਟ ਦਿੰਦੀ ਕਿ ਅਸੀਂ ਇਹ ਕੀਤਾ ਉਹ ਕੀਤਾ, ਸਾਨੂੰ ਉਹਦਾ ਪ੍ਰੂਫ ਤਾਂ ਮਿਲਣਾ ਚਾਹੀਦਾ ਹੈ ਨਾ, ਉਹ ਆਪਣੇ ਵੱਲੋਂ ਤਾਂ ਦਾਅਵੇ ਸਾਰੇ ਕਰਦੇ ਆ ਇਹ। ਬਿਲਕੁਲ, ਮੈਂ ਤੁਹਾਡਾ ਬੜਾ ਧੰਨਵਾਦ ਆ ਕਿ ਤੁਸੀਂ ਉਸ ਗੱਲ ਨੂੰ ਜਿਹੜਾ ਆ ਉਹ ਕੀਤਾ ਆ, ਕਨਫਰਮੇਸ਼ਨ ਉਹਦੀ ਦਿੱਤੀ ਆ ਸਾਨੂੰ ਕਿ ਉਹਨਾਂ ਨੇ ਜੋ ਕਿਹਾ ਸੀ ਉਹ ਗਲਤ ਕਿਹਾ ਸੀ TV ਤੇ ਆ ਕੇ ਜੋ ਕਹਿ ਕੇ ਗਏ ਆ। ਜੀ ਜੀ ਜੀ, ਬਹੁਤ ਧੰਨਵਾਦ ਭਾਜੀ, ਥੈਂਕ ਯੂ ਵੈਰੀ ਮਚ ਜੀ। ਅਤੇ ਅੱਜ ਉਹੀ ਵਿਚਾਰ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ, ਜਿਹੜੇ ਵਿਚਾਰ ਤੁਸੀਂ ਡੇਲੀ ਆਪਣੇ ਘਰ ਦੇ ਵਿੱਚ ਬਹਿ ਕੇ ਆਪਣੇ ਗੁਆਂਢੀਆਂ ਦੇ ਨਾਲ ਸੱਥ ਦੇ ਵਿੱਚ ਅੱਜ ਕੱਲ੍ਹ ਬਹਿ ਕੇ ਜਿਹੜੇ ਵਿਚਾਰ ਹੁੰਦੇ ਨੇ ਉਹ ਇੱਕ ਗੱਲਾਂ ਹੁੰਦੀਆਂ ਹਨ, ਉਹ ਇਹੀ ਹੁੰਦੀਆਂ ਹਨ ਕੀ ਮੋਦੀ ਕਰ ਰਿਹਾ, 2019 ਦੇ ਵਿੱਚ ਕੀ ਹੋਏਗਾ ਔਰ ਕਿਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ। ਆਪਾਂ ਗਲਤਾਂ ਕਰ ਰਹੇ ਹਾਂ ਇੰਡੀਆ ਬਾਰੇ, ਲੇਕਿਨ ਇਹ ਸਾਡੇ ਦਿਲ ਦੇ ਵਿੱਚ ਗੱਲਾਂ ਹੈਗੀਆਂ, ਕਿਉਂਕਿ ਅਸੀਂ ਨਹੀਂ ਭੁੱਲਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ UK ਦੇ ਵਿੱਚ ਰਹਿ ਰਹੇ ਹਾਂ, ਯੂਰੋਪ ਦੇ ਵਿੱਚ ਵਸੇ ਹੋਏ, ਚਲੋ ਯਾਰ ਇਸ ਕੰਟਰੀ ਦੇ ਬਾਰੇ ਸੋਚੀਏ, ਲੇਕਿਨ ਦਿਮਾਗ ਦੇ ਵਿੱਚੋਂ ਨਹੀਂ ਨਿਕਲਦੀਆਂ ਗੱਲਾਂ ਔਰ ਦਿਮਾਗ ਦੇ ਵਿੱਚ ਨਹੀਂ ਜਾਂਦੀਆਂ ਗੱਲਾਂ, ਦਿਮਾਗ ਦੇ ਵਿੱਚ ਉਹ ਮਾਵਾਂ ਦੇ ਪੁੱਤ ਸਾਹਮਣੇ ਆਉਂਦੇ ਹਨ ਜੋ ਕਿ ਅੱਜ ਡਰੱਗਾਂ ਦੀ ਭੇਟ
ਚੜ ਚੁੱਕੇ ਹਨ। ਲਵਾਂਗਾ ਤੁਹਾਡੇ ਵਿਚਾਰ, ਤੁਸੀਂ ਕਰ ਰਹੇ ਹੋ ਮੈਨੂੰ ਕਾਲ, ਮੈਂ ਵੇਖ ਪਾ ਰਿਹਾ, ਆਪਣੇ ਫੋਨ ਕਾਲਸ ਨੂੰ ਨਾ ਕੱਟਿਓ। ਸਿਰਫ ਇੱਕ ਨਿੱਕੇ ਜਿਹੇ ਵਕਫੇ ਇੱਥੇ ਰੁਕ ਰਹੇ ਹਾਂ ਔਰ ਵਕਫੇ ਤੋਂ ਬਾਅਦ ਵਿਚਾਰ ਵਟਾਂਦਰਾ ਰੱਖਾਂਗੇ ਜਾਰੀ।